ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਸੋਦਾਮਾ ਜੀ ਦੀ ਕਥਾ ਵਾਰਤਾ ਸਾਂਝੀ ਕਰਨੀ ਜਾ ਰਹੀ ਆ ਦੱਸਦੇ ਹਨ ਕਿ ਸੁਦਾਮਾ ਜੀ ਤੇ ਸ੍ਰੀ ਕ੍ਰਿਸ਼ਨ ਜੀ ਛੋਟੇ ਹੁੰਦੇ ਇੱਕ ਪਾਠਸ਼ਾਲਾ ਵਿੱਚ ਪੜ੍ਹਦੇ ਸਨ ਤੇ ਸੰਦੀਪਨ ਇਹਨਾਂ ਦੇ ਗੁਰੂ ਮਾਸਟਰ ਦਾ ਨਾਮ ਸੀ ਆਵੇਂ ਹੋਰ ਵੀ ਕਈ ਵਿਦਿਆਰਥੀ ਉੱਥੇ ਪੜਦੇ ਸਨ ਪਰ ਸੁਦਾਮੇ ਕ੍ਰਿਸ਼ਨ ਜੀ ਦੀ ਜੋਟੀ ਬਣੀ ਹੋਈ ਸੀ ਇਹ ਇਕੱਠੇ ਬੈਠਦੇ ਇਕੱਠੇ ਬੈਠ ਕੇ ਸਬਕ ਪੜ੍ਹਦੇ ਇਕੱਠੇ ਬੈਠ ਕੇ ਸੰਥਿਆ ਆਜਾਦ ਕਰਦੇ ਤੇ ਸੰਦੀਪਨ ਜੋ ਜੋ ਵੀ ਕੋਈ ਸੇਵਾ ਕਰਨ ਲਈ ਆਖਦੇ ਇਹ ਦੋਵੇਂ ਰਲ ਕੇ ਉਸ ਨੂੰ ਬੜੇ ਪਿਆਰ ਨਾਲ ਕਰਦੇ ਇਉਂ ਇਹ ਬਾਲਪਨ ਤੇ ਵਿਦਿਆਰਥੀ ਪੁਣੇ ਦਾ ਸਮਾਂ ਸੁਦਾਮਾ ਜੀ ਤੇ ਕ੍ਰਿਸ਼ਨ ਜੀ ਦਾ ਇਕੱਠਾ ਗੁਜ਼ਰਿਆ ਇਸ ਸਮੇ ਸੁਦਾਮਾ ਜੀ ਦੇ ਮਾਤਾ ਪਿਤਾ ਦੀ ਹਾਲਤ ਚੰਗੀ ਰੱਜੀਆਂ ਪੁੱਜੀਆਂ ਵਾਲੀ ਸੀ ਗਰੀਬੀ ਦਾ ਨਾਮ ਪੀ ਨਹੀਂ ਸੀ ਪਤਾ ਪਰ ਇੱਕ ਗਲਤੀ ਨੇ ਸੁਦਾਮਾ ਜੀ ਨੂੰ ਜਿਵੇਂ ਗੁਰਬੁੱਤ ਵਿੱਚ ਸੋੜ ਦਿੱਤਾ ਇਹ ਵੀ ਇੱਕ ਖਾਸ ਸਿੱਖਿਆਦਾਇਕ ਕਹਾਣੀ ਹੈ ਗੈਰ ਕੋਲੋਂ ਮੁਕਰ ਜਾਣਾ ਤੇ ਉਸ ਨੂੰ ਝੂਠ ਮਾਰ ਕੇ ਕਿਸੇ ਚੀਜ਼ ਵੱਲੋਂ ਨਾ ਕਰਨੀ ਪੀ ਠੀਕ ਨਹੀਂ ਕਹੀ ਜਾ ਸਕਦੀ ਪਰ ਮਿੱਤਰ ਕੋਲੋਂ ਹੁੰਦੀ ਚੀਜ਼ ਲੁਕਾਣੀ ਤੇ ਮੁਕਰ ਜਾਣਾ ਤੇ ਮਿੱਤਰ ਵੀ ਐਸੇ ਕੋਲੋਂ ਜੋ ਦਿਲ ਦਾ ਜਾਨੀ ਬਣਿਆ ਹੋਇਆ ਹੋਵੇ ਇਹ ਗੱਲ ਕਿੰਡੀ ਭਿਆਨਕ ਭੁੱਲ ਹੈ ਤੇ ਇਸ ਦਾ ਕਿੰਨਾ ਦੁਖਦਾਈ ਨਤੀਜਾ ਨਿਕਲਦਾ ਹੈ। ਇਹੀ ਸਭ ਤੋਂ ਵੱਡੀ ਸਿੱਖਿਆ ਸੁਦਾਮਾ ਜੀ ਦੇ ਜੀਵਨ ਤੋਂ ਮਿਲਦੀ ਹੈ। ਦੱਸਦੇ ਹਨ ਸਾਧ ਸੰਗਤ ਜੀ ਇੱਕ ਵਾਰ ਸੁਦਾਮਾ ਜੀ ਦੀ ਮਾਤਾ ਨੇ ਆਪ ਨੂੰ ਪੁੱਜੇ ਹੋਏ ਚਾਵਲ ਛੋਲੇ ਆਦਿਕ ਦਿੱਤੇ ਤੇ ਕਿਹਾ ਜਦ ਭੁੱਖ ਲੱਗੇਗੀ ਖਾ ਲੈਣੀ ਸੁਦਾਮਾ ਜੀ ਉਹਨਾਂ ਚਾਵਲਾਂ ਨੂੰ ਦਾਣਿਆਂ ਨੂੰ ਲੈ ਕੇ ਪਾਠਸ਼ਾਲਾ ਵਿੱਚ ਪੁੱਜੇ ਤਾਂ ਗੁਰੂ ਸੰਦੀਪਨ ਨੇ ਆਪ ਨੂੰ ਲੱਕੜਾਂ ਲਈ ਜੰਗਲ ਵਿੱਚ ਭੇਜ ਦਿੱਤਾ ਕ੍ਰਿਸ਼ਨ ਜੀ ਨੂੰ ਛੋਲੇ ਆਦਿਕ ਦਾਣੇ ਚੱਬਣ ਦਾ ਦੇਣ ਦਾ ਦਿਲ ਨਾ ਕੀਤਾ ਸੁਭਾਵਕ ਹੀ ਝੂਠ ਬੋਲ ਦਿੱਤਾ ਤਾਂ ਸੁਭਾਵਕ ਹੀ ਸ੍ਰੀ ਕ੍ਰਿਸ਼ਨ ਜੀ ਨੇ ਵੀ ਇਹ ਕਹਿ ਦਿੱਤਾ ਜਾ ਹੋਈ ਕੰਗਲਿਆ ਕੀਨੇ ਗੁਣੇ ਦਾਣੇ ਸਨ ਜਿਨ੍ਹਾਂ ਤੋਂ ਤੂੰ ਮੁਕਰ ਗਿਆ ਹੈ ਹੱਛਾ ਜਹੇ ਦਾਣੇ ਹੁਣ ਖਾ ਖਾ ਕੇ ਗੁਜ਼ਾਰਾ ਕਰਿਆ ਕਰੇਗਾ ਬਚਪਨ ਦੀਆਂ ਇਹ ਗੱਲਾਂ ਸਨ ਦੋਵੇਂ ਮਿੱਤਰ ਪੜ ਕੇ ਇੱਕ ਦੂਜੇ ਤੋਂ ਵਿਦਾ ਹੋ ਗਏ ਸਮਾਂ ਬੀਤਦਾ ਗਿਆ ਦੋਵੇਂ ਮਿੱਤਰ ਵਿਦਵਾਨ ਹੋ ਕੇ ਘਰੋ ਘਰੀ ਚਲੇ ਗਏ ਸੁਦਾਮਾ ਜੀ ਦਾ ਵਿਆਹ ਹੋ ਗਿਆ ਪਰ ਹੌਲੀ ਹੌਲੀ ਧਨ ਸੰਪਦਾ ਖਤਮ ਹੁੰਦੀ ਗਈ ਤੇ ਪਿਤਾ ਦੇ ਮਰਨ ਪਿੱਛੇ ਸੁਦਾਮਾ ਜੀ ਅਤ ਹੀ ਗਰੀਬ ਹੋ ਗਏ ਇਦਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਪਹਿਲੋਂ ਗੋਕਲ ਫੇਰ ਮਥਰਾ ਤੇ ਫਿਰ ਦਵਾਰਕਾ ਦੀ ਰਾਜੇ ਬਣ ਗਏ ਨਾਲੇ ਜੰਗਾਂ ਜੁੱਧਾਂ ਦੀ ਜਿੱਤ ਨੇ ਆਪ ਦੀਆਂ ਧੂਮਾਂ ਪਾ ਦਿੱਤੀਆਂ ਆਪ ਬੜੇ ਵੱਡੇ ਪੁਰਸ਼ ਵੱਡੇ ਤਾਂ ਅੱਗੇ ਹੀ ਸਨ ਪਰ ਦੁਨੀਆਦਾਰੀ ਦੇ ਲਿਹਾਜ਼ ਨਾਲ ਵੀ ਹੋ ਗਏ ਰਾਜ ਸੁਭਾਵਾਂ ਵਿੱਚ ਸਿੰਘਾਸਣਾਂ ਤੇ ਬੈਠਦੀ ਤੇ ਦੁਨੀਆ ਨਮਸਕਾਰਾਂ ਕਰਨ ਲੱਗੀ ਪਰ ਇੱਧਰ ਸੁਦਾਮਾ ਜੀ ਅਤ ਦੇ ਗਰੀਬੀ ਤੇ ਕੰਗਾਲੀ ਦੇ ਦਿਨ ਕੱਟਣ ਲੱਗੇ ਸੁਦਾਮਾ ਜੀ ਪਤਨੀ ਨਾਲ ਆਏ ਦਿਨ ਗੱਲਾਂ ਕਰਦੇ ਸਨ ਕਿ ਮੈਂ ਤੇ ਸ੍ਰੀ ਕ੍ਰਿਸ਼ਨ ਜੀ ਇੱਕੋ ਗੁਰੂ ਕੋਲੋਂ ਵਿਦਿਆ ਪੜ੍ਹਦੇ ਰਹੇ ਹਾਂ ਬੜੇ ਚੰਗੇ ਦਿਨ ਸਨ ਉਹ ਨਿਤ ਭਗਵਾਨ ਦੇ ਦਰਸ਼ਨ ਹੁੰਦੇ ਸਨ ਕਈ ਬਰੇ ਬੀਤ ਗਏ ਪਤਨੀ ਨੇ ਕਹਿਣਾ ਬ੍ਰਾਹਮਣ ਹੋ ਕਿਸੇ ਰਾਜੇ ਕੋਲੋਂ ਜਾ ਦਸ਼ਨਾ ਹੀ ਮੰਗ ਲਿਓ ਕਿਉਂ ਭੁੱਖੇ ਮਰਦੇ ਹੋ ਨਾਲੇ ਸਾਨੂੰ ਮਾਰਦੇ ਹੋ ਬ੍ਰਾਹਮਣ ਜਾਤੀ ਨੂੰ ਮੰਗਣਾ ਮੰਗਣ ਦਾ ਕੋਈ ਗੁਨਾਹ ਨਹੀਂ ਅਰਿ ਪ੍ਰੇ ਮੇਰੇ ਗੁਰੂ ਨੇ ਮੈਨੂੰ ਸੀਲ ਤੇ ਸੰਤੋਖ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ ਸੰਤੋਖ ਵਿੱਚ ਬੜੇ ਸੁਖ ਹਨ ਭਗਵਾਨ ਦੇ ਗੁਣ ਗਾਉਣੇ ਨਾ ਛੱਡੀ ਤਾਂ ਫਿਰ ਕੋਈ ਖਤਰਾ ਨਹੀਂ ਜਿੰਨਾ ਕੁਝ ਦਿੰਦਾ ਹੈ ਜੇ ਸਾਨੂੰ ਉਸ ਨੇ ਜੀਵਤ ਰੱਖਣਾ ਹੈ ਤਾਂ ਇਤਨੇ ਵਿੱਚ ਹੀ ਰੱਖ ਲਵੇ ਤੂੰ ਬਹੁਤਾ ਫਿਕਰ ਨਾ ਕਰ ਪਤੀ ਦੇਵ ਕੀ ਆਖਦੇ ਹੋ ਜੀਵਤ ਰੱਖ ਲਏਗਾ ਜੀਵਤ ਰਹਿਣ ਦਾ ਲਾਭ ਵੀ ਕੀ ਹੈ ਜੇ ਸੁਖ ਸਵਾਦ ਨਾਲ ਜੀਵਨ ਨਾ ਗੁਜ਼ਰੇ ਛੋਲੇ ਚੌਲ ਤੇ ਬਾਜਰੀ ਖਾ ਕੇ ਗੁਜ਼ਾਰਨ ਕਰਦੇ ਹਾਂ ਉਹ ਵੀ ਕਈ ਵਾਰ ਨਹੀਂ ਮਿਲਦੇ ਫਿਰ ਕੀ ਜੀਵਨ ਹੋਇਆ ਏ ਅੱਛਾ ਇਹ ਦੱਸੋ ਜਿਸ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਕਰਦੇ ਹੋ ਤੇ ਕਹਿੰਦੇ ਹੋ ਸਾਡੇ ਮਿੱਤਰ ਹਨ ਉਹ ਕਿੱਥੇ ਹਨ ਉਹ ਤਾਂ ਇਸ ਸਮੇਂ ਦਵਾਰਕਾ ਨਗਰੀ ਦੇ ਮਹਾਰਾਜੇ ਹਨ ਫਿਰ ਉਹਨਾਂ ਕੋਲ ਹੀ ਚਲੇ ਜਾਓ ਉਹ ਭੋਲਿਏ ਰਾਜੇ ਮਹਾਰਾਜੇ ਦੀ ਸ਼ਾਨ ਅੱਗੇ ਮੈਂ ਕੀ ਜੀਜਾ ਤੇ ਕਿਹੜੇ ਮੂੰਹ ਨਾਲ ਜਾਵਾਂ ਕੋਈ ਕਪੜਾ ਸਬੂਤਾ ਨਹੀਂ ਤੇ ਪਾਟੇ ਪੁਰਾਣੀ ਕੱਪੜਿਆਂ ਵਾਲੇ ਨੂੰ ਪਹਿਲੇ ਉਸ ਕੋਲ ਮੈਨੂੰ ਜਾਣ ਕਿਸਨੇ ਦੇਣਾ ਹੈ ਤੇ ਹੋਰ ਗੱਲ ਕਰਨੀ ਤਾਂ ਕਿਧਰੇ ਰਹੀ ਪਰ ਤੁਸੀਂ ਤਾਂ ਕਹਿੰਦੇ ਹੋ ਮੇਰੇ بڑے ਮਿੱਤਰ ਹਨ ਜੇ ਸੱਚੇ ਮਿੱਤਰ ਹੋਏ ਤਾਂ ਜ਼ਰੂਰ ਤੁਹਾਡੀ ਮਦਦ ਕਰਨਗੇ ਤੁਸੀਂ ਜਾਓ ਇੱਕ ਵਾਰ ਤਾਂ ਜਾਓ ਤਾਂ ਸਹੀ ਬਹਾਨੇ ਨਾ ਬਣਾਓ ਫਿਰ ਦਿਸਦੇ ਭਗਵਾਨ ਨੂੰ ਛੱਡ ਕੇ ਅਣਦਿਸਦੇ ਭਗਵਾਨ ਦੀ ਪੂਜਾ ਤੁਹਾਨੂੰ ਕੀ ਫਲ ਦੇਵੇਗੀ ਤੁਸੀਂ ਕਿਉਂ ਨਹੀਂ ਦਿਸਦੇ ਭਗਵਾਨ ਕੋਲ ਜਾ ਕੇ ਆਪਣੀ ਹਾਲਤ ਦਾ ਬਿਆਨ ਕਰਦੇ ਦਿਸਦੇ ਭਗਵਾਨ ਦੀ ਪੂਜਾ ਕਰੋ ਉਸ ਦੀ ਜਾਂਚ ਨਾ ਕਰੋ ਉਹ ਤੁਹਾਡੀ ਗੁਰਬਤ ਤੋਂ ਸੰਕਟ ਕਟਣ ਦੀ ਸਮਰੱਥ ਹਨ ਤਾਂ ਕਿਉਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਸੁਦਾਮਾ ਜੀ ਜਿਉਂ-ਜਿਉਂ ਨਾ ਕਰਦੇ ਸਨ ਤੇ ਦਲੀਲਾਂ ਦਿੰਦੇ ਸਨ ਕਿ ਮੰਗਣਾ ਠੀਕ ਨਹੀਂ ਤਿਉਂ-ਤਿਉਂ ਹੀ ਸੁਦਾਮੇ ਦੀ istri ਸਗੋਂ ਜ਼ੋਰ ਨਾਲ ਸੁਦਾਮਾ ਜੀ ਨੂੰ ਸ਼੍ਰੀ ਕ੍ਰਿਸ਼ਨ ਜੀ ਪਾਸ ਜਾਣ ਲਈ ਮਜਬੂਰ ਕਰਨ ਲੱਗੀ ਖੈਰ ਸੁਦਾਮਾ ਜੀ ਦੇ ਪਗਰ ਪੈ ਕੇ ਉਹਨਾਂ ਦੀ istri ਨੇ ਆਪਣੀ ਗੱਲ ਮਨਵਾ ਲਈ ਸੁਦਾਮਾ ਜੀ ਸ੍ਰੀ ਕ੍ਰਿਸ਼ਨ ਜੀ ਪਾਸ ਜ਼ਰੂਰ ਜਾਣ ਇਹ ਫੈਸਲਾ ਹੋ ਗਿਆ ਸੁਦਾਮਾ ਜੀ ਚੱਲੇ ਤਾਂ ਸੁਦਾਮੇ ਦੀ istri ਨੇ ਭੇਟਾ ਦੇ ਤੌਰ ਤੇ ਥੋੜੇ ਜਿਹੇ ਚਾਵਲ ਸੁਦਾਮਾ ਜੀ ਦੇ ਦੁਪੱਟੇ ਨਾਲ ਬੰਨ ਦਿੱਤੇ ਇਹੇ ਭੇਟਾ ਦੇ ਦੇਣੀ ਖਾਲੀ ਹੱਥ ਮਹਾਪੁਰਸ਼ਾਂ ਕੋਲ ਜਾਣਾ ਠੀਕ ਨਹੀਂ ਹੁੰਦਾ। ਸ੍ਰੀ ਕ੍ਰਿਸ਼ਨ ਜੀ ਇਸ ਵੇਲੇ ਤੱਕ ਬੜੀ ਪ੍ਰਭਤਾ ਤੇ ਮਾਲਕ ਬਣ ਚੁੱਕੇ ਸਨ। ਰੁਕਮਣ ਨੂੰ ਸਿੱਖਿਆਤ ਦੇ ਕੇ ਜਸਪਾਲ ਰਾਜੇ ਨੂੰ ਮਾਰ ਕੇ ਉਹ ਰੁਕਮਣੀ ਨੂੰ ਆਪਣੀ ਰਾਣੀ ਬਣਾ ਚੁੱਕੇ ਸਨ। ਰੁਕਮਣ ਰੁਕਮਣੀ ਦਾ ਭਰਾ ਆਪਣੀ ਭੈਣ ਦਾ ਵਿਆਹ ਜਸਪਾਲ ਨਾਲ ਕਰਨਾ ਚਾਹੁੰਦਾ ਸੀ। ਪਰ ਰੁਕਮਣੀ ਜੀ ਸ੍ਰੀ ਕ੍ਰਿਸ਼ਨ ਜੀ ਨੂੰ ਚਾਹੁੰਦੇ ਸਨ ਸੋ ਇਸ ਸੁਵੰਬਰ ਤੇ ਹੀ ਭਾਰੀ ਜੰਗ ਹੋ ਗਿਆ ਸ੍ਰੀ ਦਸ਼ਮੇਸ਼ ਜੀ ਕ੍ਰਿਸ਼ਨ ਅਵਤਾਰ ਦੀ ਕਥਾ ਵਿੱਚ ਲਿਖਦੇ ਹਨ ਕੰਗਨਾ ਜਿਸ ਪਾਲ ਕੇ ਹੱਥ ਰਹੋ ਗਤ ਔਰ ਕੀ ਔਰ ਬਣੀ ਜਿਸ ਪਾਲ ਦੇ ਹੱਥ ਸਿਰਫ ਰੁਕਮਣੀ ਦਾ ਕੰਗਨਾ ਹੀ ਰਹਿ ਗਿਆ ਜੋਸ ਨੇ ਰੁਕਮਣੀ ਜੀ ਨੂੰ ਪਾਉਣ ਲਈ ਫੜਿਆ ਹੋਇਆ ਸੀ ਕਿ ਜੰਗ ਹੋ ਗਈ। ਸ੍ਰੀ ਕ੍ਰਿਸ਼ਨ ਜੀ ਨੇ ਰੁਕਮਣ ਜਿਉਂਦੇ ਨੂੰ ਫੜ ਲਿਆ। ਪਰ ਰੁਕਮਣੀ ਜੀ ਦੇ ਬੇਨਤੀ ਕਰਨ ਤੇ ਇਸ ਨੂੰ ਨਾ ਮਾਰੋ। ਇਸ ਨੂੰ ਨਾ ਮਾਰੋ। ਮੈਂ ਵੀਰ ਨੂੰ ਤੁਹਾਡੇ ਹੱਥੋਂ ਮਰਦਾ ਨਹੀਂ ਦੇਖਣਾ ਚਾਹੁੰਦੀ। ਤਾਂ ਸ੍ਰੀ ਕ੍ਰਿਸ਼ਨ ਜੀ ਨੇ ਉਸ ਦਾ ਜੂڑا ਕੱਟ ਕੇ ਉਸ ਨੂੰ ਜਿਉਂਦੇ ਨੂੰ ਛੱਡ ਦਿੱਤਾ ਸੀ। ਕੇਸ ਕੱਟੇ ਜਾਣੇ ਉਸ ਵੇਲੇ ਮੌਤ ਨਾਲੋਂ ਵੀ ਵੱਧ ਦੋਸ਼ ਮੰਨਿਆ ਜਾਂਦਾ ਸੀ। ਸੋ ਈਉਂ ਪ੍ਰਭਤਾ ਦੇ ਮਾਲਕ ਬਣ ਚੁੱਕੇ ਸੀ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਣ ਲਈ ਸ੍ਰੀ ਸੁਦਾਮਾ ਜੀ ਤੁਰ ਪਏ। ਪੈਦਲ ਰਸਤਾ ਕਈ ਦਿਨ ਪੰਦ ਮਾਰ ਕੇ ਮਥਰਾਪੁਰੀ ਪੁੱਜੇ। ਰਸਤੇ ਵਿੱਚ ਕਿਤੇ ਕੋਈ ਜੰਗਲੀ ਫਲ ਮਿਲਿਆ ਤਾਂ ਖਾ ਲਿਆ। ਨਹੀਂ ਤਾਂ ਬਹੁਤਾ ਕਰਕੇ ਭੁੱਖੇ ਹੀ ਚਲਦੇਗੇ। ਸੁਦਾਮਾ ਜੀ ਸ੍ਰੀ ਕ੍ਰਿਸ਼ਨ ਜੀ ਦੇ ਸ਼ਹਿਰ ਪਹੁੰਚ ਗਏ। ਬੜੀਆਂ ਰੌਣਕਾਂ ਸਨ। ਇੱਥੇ ਬੜੇ ਬਾਜ਼ਾਰ ਤੇ ਮਹੱਲ ਸਨ। ਕਿੱਥੇ ਇੰਨੀ ਸ਼ਾਨ-ਸ਼ੌਕਤ ਦੇ ਕਿੱਥੇ ਪਾਡੇ ਪੁਰਾਣੇ ਕੱਪੜਿਆਂ ਵਾਲਾ ਸੁਦਾਮਾ? ਭਗਤ ਸੋਚਣ ਲੱਗਾ ਮੈਂ ਕਿ ਕਣ ਮਿਲ ਸਕਾਂਗਾ? ਮੈਨੂੰ ਕੌਣ ਮਿਲਣ ਦੇਵੇਗਾ ਤੇ ਕੌਣ ਮਲਾਉਣ ਵਾਲਾ ਮਿਲੇਗਾ ਕਿੱਥੇ ਸ੍ਰੀ ਕ੍ਰਿਸ਼ਨ ਜੀ ਰਾਜਾ ਤੇ ਮੈਂ ਇੱਕ ਭਿਖਾਰੀ ਦੀ ਮਨਿੰਦ ਗਰੀਬ ਤੇ ਅਨਾਥ ਬ੍ਰਾਹਮਣ ਇਸਤਰੀ ਨੇ ਬਹੁਤਾ ਇਹੀ ਦਲੀਲ ਦੇ ਕੇ ਮਨਾਇਆ ਸੀ ਕਿ ਤੁਸੀਂ ਬ੍ਰਾਹਮਣ ਹੋ ਤੁਹਾਨੂੰ ਦਾਨ ਮੰਗਦੇ ਲੱਜਿਆ ਨਹੀਂ ਕਰਨੀ ਚਾਹੀਦੀ ਬ੍ਰਾਹਮਣ ਦਾ ਦਾਨ ਮੰਗਣਾ ਹੀ ਕਰਤਵ ਹੈ ਬ੍ਰਾਹਮਣ ਨੂੰ ਦਾਨ ਮੰਗਣ ਦਾ ਕੋਈ ਦੋਸ਼ ਨਹੀਂ ਤੇ ਆਏ ਬ੍ਰਾਹਮਣ ਨੂੰ ਦਾਨ ਨਾ ਦੇਣ ਵਾਲਾ ਸਗੋਂ ਦੋਸ਼ੀ ਬਣ ਜਾਂਦਾ ਹੈ। ਸੋ ਸੁਦਾਮਾ ਜੀ ਘੜੀ-ਮੁੜੀ ਇਹੋ ਵਿਚਾਰ ਕਰਦੇ ਕਰਦੇ ਹੌਲੀ-ਹੌਲੀ ਤੁਰੇ ਜਾ ਰਹੇ ਸਨ ਕਿ ਮੇਲ ਕਿਵੇਂ ਹੋਵੇਗਾ? ਮੈਨੂੰ ਬੂਹੇ ਅੱਗੇ ਖੜਾ ਕੌਣ ਹੋਣ ਦੇਵੇਗਾ? ਮੈਂ ਬ੍ਰਾਹਮਣ ਤਾਂ ਠੀਕ ਹਾਂ ਪਰ ਨਾ ਮੇਰੀ ਧੋਤੀ ਚੰਗੀ ਨਾ ਟਿੱਕਾ ਤੇ ਨਾ ਜਨੇਊ ਚੰਗੀ ਹਾਲਤ ਵਿੱਚ ਕਿਸੇ ਨੂੰ ਦਿਸ ਰਿਹਾ ਹੈ ਤਾਂ ਮੈਨੂੰ ਬ੍ਰਾਹਮਣ ਜਾਣ ਕੇ ਅੱਗੇ ਕੌਣ ਹੋਣ ਦੇਵੇਗਾ ਤੇ ਜੇ ਮੈਂ ਆਪਣਾ ਨਾਂ ਲਵਾਂਗਾ ਤਾਂ ਕੀ ਪਤਾ ਸ੍ਰੀ ਕ੍ਰਿਸ਼ਨ ਜੀ ਨੂੰ ਇਸ ਵੇਲੇ ਮੇਰੇ ਨਾਂ ਦੀ ਯਾਦ ਵੀ ਹੋਵੇਗੀ ਜਾਂ ਨਹੀਂ ਇਹ ਹਰ ਆਦਮੀਆਂ ਨੂੰ ਮੇਰੀ ਬਾਬਤ ਕੀ ਪਤਾ ਹੈ ਕਿ ਮੈਂ ਕੌਣ ਹਾਂ ਤੇ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਣਾ ਚਾਹੁੰਦਾ ਹਾਂ ਸੋ ਅਜਹੀਆਂ ਸੋਚਾਂ ਸੋਚਦੇ ਹੋਏ ਸੋਦਾਮਾ ਜੀ ਰਾਜ ਦਰਬਾਰ ਦੇ ਬੂਹੇ ਅੱਗੇ ਪੁੱਜ ਗਏ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਰਾਜ ਸੰਗਾਸਨ ਉੱਤੇ ਬੈਠੇ ਹੋਏ ਸ਼ੋਭਾ ਪਾਏ ਸਨ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਐਸਾ ਸੁੰਦਰ ਬਿਆਨ ਕਰਦੇ ਹਾਂ ਬੇਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਈ ਲਾਗੂ ਹੋਈ ਬਾਂਹਣੀ ਮਿਲ ਜਗ ਦੀ ਦਿਲਿੱਦਰ ਗਵਾਏ ਚੱਲਿਆ ਗਿੰਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪਹੁੰਚਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰਜੀ ਆਏ ਪਹਿਲੇ ਦੇ ਪਰ ਦਖਣਾ ਪੈਰੀਂ ਪੈ ਕੇ ਲੈ ਗੱਲ ਲਾਈ ਚਰਨ ਉਦਕ ਲੈ ਪੈਰ ਧੋਈ ਸਿੰਘਾਸਣ ਉੱਤੇ ਬਿਠਾਈ ਪੁੱਛੈ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਈ ਲੈ ਕੇ ਤੰਦਲ ਚਬਿਉਣ विदा करी अगै पहुंचाई चार पदार्थ सकुच पठाई बुहुयगे पहरेदार चोब ਲਈ ਖੜਾ ਸੀ ਕਿ ਸੁਦਾਮਾ ਜੀ ਅੱਗੇ ਹੋਏ ਚੋਬ ਵਾਲੇ ਨੇ ਚੋਬ ਅੱਗੇ ਕਰ ਦਿੱਤੀ ਕਿ ਤੂੰ ਮੈਲੇ ਕੁਚੀੜੇ ਕੱਪੜਿਆਂ ਵਾਲਾ ਕਿੱਧਰ ਅੱਗੇ ਵਧਿਆ ਜਾ ਰਿਹਾ ਕੀ ਸਮਝ ਕੇ ਅੱਗੇ ਜਾ ਰਹਾ ਹੈ ਸੁਦਾਮਾ ਜੀ ਨੇ ਜਵਾਬ ਨਹੀਂ ਦਿੱਤਾ ਤੇ ਦੋ ਗਦਮ ਦੋ ਕਦਮ ਪਿੱਛੇ ਹਟ ਕੇ ਸ਼ਰਧਾਈਆਂ ਅੱਖਾਂ ਨਾਲ ਦੂਰ ਅੰਦਰ ਰਾਜ ਸੰਗਾਸਨ ਤੇ ਬੈਠੇ ਸ੍ਰੀ ਕ੍ਰਿਸ਼ਨ ਜੀ ਵੱਲ ਧਿਆਨ ਨਾਲ ਦੇਖਣ ਦਾ ਯਤਨ ਕੀਤਾ ਪਹਿਰੇਦਾਰ ਨੇ ਫਿਰ ਪੁੱਛਿਆ ਤੂੰ ਕੌਣ ਹੈ ਜੀ ਮੈਂ ਸੁਦਾਮਾ ਹਾਂ ਕ੍ਰਿਸ਼ਨ ਭਗਵਾਨ ਜੀ ਦਾ ਬਾਲ ਸਖਾਈ ਮਿੱਤਰ ਸੁਦਾਮਾ ਜੀ ਨੇ ਹੋਰ ਕੁਝ ਕਹਿਣਾ ਸੀ ਕਿ ਉਧਰੋਂ ਸ੍ਰੀ ਕ੍ਰਿਸ਼ਨ ਜੀ ਦੀ ਅੰਦਰ ਬੈਠਿਆਂ ਹੀ ਬਾਹਰ ਖਲੋਤੀ ਸੁਦਾਮੇ ਤੇ ਨਜ਼ਰ ਪੈ ਗਈ 15-20 ਸਾਲ ਮਗਰੋਂ ਸੁਦਾਮੇ ਨੂੰ ਉਹਨਾਂ ਵੇਖਿਆ ਸੀ ਪਰ ਝਟਪਟ ਹੀ ਪਛਾਣ ਲਿਓ ਤੇ ਸੰਘਾਸਣ ਤੋਂ ਉੱਠ ਬੈਠੇ ਬਾਕੀ ਦਰਬਾਰ ਵਿੱਚ ਬੈਠੇ ਲੋਕ ਹੈਰਾਨ ਹੋ ਕੇ ਵੇਖਣ ਲੱਗੇ ਕਿ ਸ੍ਰੀ ਕ੍ਰਿਸ਼ਨ ਜੀ ਬਿਨਾ ਕੁਝ ਕਹੇ ਤੋਂ ਸਿਹਾਸਣ ਤੋਂ ਕਿਉਂ ਉੱਠ ਬੈਠੇ ਹਨ ਤੇ ਉਸ ਵੇਲੇ ਤਾਂ ਹੋਰ ਵੀ ਅਸਚਰਜਾ ਫੈਲ ਗਈ ਜਦ ਸ੍ਰੀ ਕ੍ਰਿਸ਼ਨ ਜੀ ਨੇ ਬਾਹਰ ਖਲੋਤੇ ਮੈਲੇ ਕੁਚਲੇ ਤੇ ਫਟੇ ਪੁਰਾਣੀ ਕੱਪੜੀਆਂ ਵਾਲੇ ਸਦਾਮੇ ਨੂੰ ਗੱਲ ਵਕੜੀ ਜਾ ਪਾਈ ਤੇ ਬੜੇ ਪ੍ਰੇਮ ਨਾਲ ਹੱਥ ਵਿੱਚ ਹੱਥ ਪਾ ਕੇ ਅੰਦਰ ਆਪਣੇ ਨਾਲ ਲੈ ਗਏ ਬਹੁਤ ਪ੍ਰੇਮ ਕੀਤਾ ਉਸ ਨੂੰ ਆਪਣੇ ਨਾਲ ਆਪਣੇ ਸਿੰਘਾਸਨ ਤੇ ਜਾ ਬਿਠਾਇਆ ਫਿਰ ਸੁਦਾਮੇ ਨੂੰ ਬਿਠਾ ਕੇ ਉੱਠੇ ਸਿੰਘਾਸਨ ਦੀਆਂ ਪ੍ਰਕਰਮਾਂ ਕੀਤੀਆਂ ਤੇ ਪੈਰੀਂ ਬੈ ਕੇ ਸੁਦਾਮਾ ਜੀ ਨਾਲ ਬੈਠ ਗਏ ਸੁਖ ਸਾਧ ਪੁੱਛੀ ਸੁਦਾਮੇ ਨੂੰ ਸ੍ਰੀ ਕ੍ਰਿਸ਼ਨ ਜੀ ਦਾ ਪਿਆਰ ਨਾਲ ਮਿਲਣਾ ਵੇਖ ਕੇ ਇੰਨੀ ਖੁਸ਼ੀ ਹੋਈ ਕਿ ਉਸ ਨੂੰ ਸਭ ਕੁਝ ਹੀ ਭੁੱਲ ਗਿਆ ਕਿ ਮੈਂ ਕਿਉਂ ਆਇਆ ਹਾਂ ਕੀ ਕਰਨ ਆਇਆ ਹਾਂ ਕਿੱਥੇ ਰਾਜਾ ਤੇ ਕਿੱਥੇ ਫਕੀਰ ਪਰ ਰਾਜੇ ਦਾ ਫਕੀਰ ਨਾਲ ਪ੍ਰੇਮ ਇਹ ਵੇਖ ਕੇ ਤਾਂ ਸਾਰੇ ਦੰਗ ਹੀ ਹੋ ਰਹੇ ਸਨ ਤੇ ਸਭ ਦੀ ਅਕਲ ਹੀ ਗੁੰਮ ਹੋ ਗਈ ਸੀ ਕਿ ਇਹ ਫਟੇ ਪੁਰਾਣੇ ਕੱਪੜਿਆਂ ਵਾਲਾ ਕੌਣ ਹੈ ਜਿਸ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਇੰਨੇ ਪਿਆਰ ਨਾਲ ਮਿਲਣਾ ਕੀਤਾ ਹੈ ਸੁਦਾਮੇ ਨੂੰ ਇਸ ਵੇਲੇ ਘਰ ਵਾਲੀ ਦੀ ਦਿੱਤੀ ਭੇਟਾ ਕੱਚੇ ਮੁੱਠ ਚਾਵਲ ਜਾਦਾ ਹੈ ਪਰ ਇਹ ਨਿਗੁਣੀ ਭੇਟਾ ਕੀ ਦੇਵਾਂ ਸ਼ਰਮ ਆਗ ਯੋਸੂ ਤੇ ਚੁੱਪ ਹੀ ਰਿਹਾ ਪਰ ਜਾਣੀ ਜਾਣ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੁਦਾਮਾ ਭਾਬੀ ਕੋਲੋਂ ਸਾਡੇ ਲਈ ਕੀ ਭੇਟਾ ਲਿਆਇਆ ਹੈ ਤੇ ਇਹ ਕਹਿ ਕੇ ਫਿਰ ਆਪ ਹੀ ਹੱਥ ਮਾਰ ਕੇ ਦੁਪੱਟੇ ਦੀ ਕੰਨੀ ਨਾਲ ਬੱਦੇ ਹੋਏ ਚੌਲ ਖਾਣ ਲੱਗ ਪਏ ਤੇ ਕਹਿਣ ਲੱਗੇ ਇਹ ਚਾਵਲ ਕੀ ਹਨ ਚਾਰੇ ਪਦਾਰਥਾਂ ਦਾ ਤਤ ਹਨ ਚਾਰੇ ਪਦਾਰਥਾਂ ਤੂੰ ਵੀ ਸਵਾਦਿਸ਼ਟ ਹਨ ਇਹ ਕਹਿ ਕੇ ਫਿਰ ਉਹ ਪੁਰਾਣੇ ਸਮੇਂ ਪੜ੍ਹਾਈ ਦੇ ਵੇਲੇ ਦੀਆਂ ਤੇ ਗੁਰ ਸੇਵਾ ਦੀਆਂ ਵਾਰ ਦਾ ਤਾਂ ਕਹਿਣ ਸੁਣਨ ਲੱਗ ਪਏ ਘੜੀ ਦੋ ਘੜੀ ਇਸ ਵਿਸਮਾਦ ਵਿੱਚ ਹੀ ਬੈਠੇ ਰਹੇ ਤੇ ਫਿਰ ਬੜੇ ਪਿਆਰ ਨਾਲ ਸੁਦਾਮਾ ਜੀ ਨੂੰ ਵਿਦਾ ਕੀਤਾ ਬੂਹੇ ਤੱਕ ਸੁਦਾਮਾ ਜੀ ਨੂੰ ਬਾਹਰ ਤੱਕ ਛੱਡਣਾ ਏ ਪਰ ਨਾ ਸੁਦਾਮਾ ਜੀ ਨੇ ਜਿਸ ਕੰਮ ਲਈ ਆਏ ਸਨ ਕੋਈ ਗੱਲ ਕੀਤੀ ਤੇ ਨਾ ਹੀ ਸ੍ਰੀ ਕ੍ਰਿਸ਼ਨ ਜੀ ਨੇ ਕੋਈ ਗੱਲ ਕੀਤੀ ਕਿ ਕਿਸ ਕੰਮ ਲਈ ਆਏ ਹੋ ਸੁਦਾਮਾ ਜੀ ਵਾਪਸ ਪਰਤ ਆਏ ਪਰ ਸ਼ਹਿਰੋਂ ਬਾਹਰ ਨਿਕਲ ਕੇ ਉਹਨਾਂ ਨੂੰ ਖਿਆਲ ਆਇਆ ਕਿ ਜਿਸ ਕੰਮ ਲਈ ਘਰ ਵਾਲੀ ਨੇ ਭੇਜਿਆ ਸੀ ਉਹ ਤਾਂ ਗੱਲ ਹੋਈ ਹੀ ਕੋਈ ਨਹੀਂ ਤੇ ਘਰ ਜਾ ਕੇ ਕੀ ਕਹਾਂਗਾ ਇਸਤਰੀ ਤਾਂ ਹੁਣ ਬਹੁਤ ਹੀ ਝਗੜਾ ਕਰੇਗੀ ਪਰ ਅੱਛਾ ਜੋ ਹੋਊ ਵੇਖੀ ਜਾਊ ਇਹ ਖਿਆਲ ਬਣਾ ਕੇ ਵਾਪਸ ਪਰਤਾਈ ਹੌਲੀ ਹੌਲੀ ਪੈਂਡਾ ਮੁਕਾ ਕੇ ਜਦ ਨਗਰ ਦੇ ਨੇੜੇ ਪੁੱਜੀ ਤਾਂ ਉਹਨਾਂ ਦੂਰੋਂ ਹੀ ਵੇਖਿਆ ਕਿ ਨਗਰ ਵਿੱਚ ਇੱਕ ਬੜਾ ਉੱਚਾ ਮਹੱਲ ਉਹਨਾਂ ਦੀ ਕੁਟਿਆ ਦੀ ਥਾਂ ਤੇ ਬਣਿਆ ਹੋਇਆ ਹੈ ਇਹ ਏਡੀ ਵੱਡੀ ਇੰਨੀ ਛੇਤੀ ਇਹ ਬਿਲਡਿੰਗ ਇਹ ਮਹੱਲ ਕਿਸ ਨੇ ਬਣਾ ਦਿੱਤਾ ਉਸ ਵਿਚਾਰ ਨੇ ਉਹਨਾਂ ਨੂੰ ਚੱਕਰਿਤ ਕਰ ਦਿੱਤਾ ਨੇੜੇ ਪੁੱਜੀ ਤਾਂ ਘਰ ਵਿੱਚੋਂ ਗਹਿਣਿਆਂ ਨਾਲ ਲੱਦੀ ਹੋਈ ਸੁਦਾਮਾ ਜੀ ਦੀ istri ਨਿਕਲੀ ਤੇ ਸੁਦਾਮਾ ਜੀ ਦੇ ਪਾਸ ਆ ਕੇ ਬੋਲੀ ਤੁਸੀਂ ਕੀ ਵੇਖ ਰਹੇ ਹੋ ਅੱਗੇ ਕਿਉਂ ਨਹੀਂ ਵੱਧਦੇ ਵੇਖਿਆ ਜੇ ਨਾ ਜੇ ਮੇਰਾ ਕਿਹਾ ਮੰਨਿਆ ਤੇ ਭਗਵਾਨ ਕੋਲ ਗਏ ਤਾਂ ਸਭ ਕੁਝ ਭਗਵਾਨ ਨੇ ਦੇ ਦਿੱਤਾ ਹੈ ਕੌਣ ਆਇਆ ਸੀ ਦੇਣ ਮੈਂ ਭਗਵਾਨ ਪਾਸ ਦੇਣ ਲਈ ਕੁਝ ਕਿਹਾ ਹੀ ਨਹੀਂ ਉੰਜ ਉਹਨਾਂ ਮੇਰਾ ਆਦਰ ਬੜਾ ਕੀਤਾ ਹੈ ਤੁਸਾਂ ਨਹੀਂ ਕਿਹਾ ਤਾਂ ਫੇਰ ਕੀ ਹੋਇਆ ਉਹ ਤਾਂ ਅੰਦਰ ਜਾਮੀ ਹਨ ਸਭ ਦੇ ਮਨ ਦੀਆਂ ਜਾਣਦੇ ਹਨ ਸਾਡੇ ਮਨ ਦੀ ਜਾਣ ਕੀ ਪਲਾਂ ਵਿੱਚ ਹੀ ਸਭ ਕੁਝ ਬਦਲ ਦਿੱਤਾ ਹੈ ਪਰਸੋਂ ਮੈਂ ਅੰਦਰ ਬੈਠੀ ਸਾਂ ਤਾਂ ਛੇਨ ਵਿੱਚ ਹੀ ਸਭ ਕੁਝ ਬਦਲ ਗਿਆ ਝੌਂਪੜੀ ਦੀ ਥਾਂ ਮਹੱਲ ਇਹ ਪਾਟੀ ਪੁਰਾਣੇ ਕੱਪੜਿਆਂ ਦੀ ਥਾਂ ਸੁੰਦਰ ਤੇ ਕੀਮਤੀ ਕੱਪੜੇ ਤੇ ਗਹਿਣੇ ਅਤੇ ਧਨ ਸੰਪਤੀ ਆਦ ਦੇ ਭਰੇ ਹੋਏ ਸੰਦੂਕ ਝੱਟ ਹੀ ਮੈਨੂੰ ਨਜ਼ਰ ਆਉਣ ਲੱਗੀ ਅੱਛਾ ਇਹ ਦੱਸੋ ਕਿ ਭਗਵਾਨ ਨੂੰ ਮੇਰੀ ਪੇਟਾ ਚਾਵਲ ਦਿੱਤੇ ਸਨ ਕਿ ਨਹੀਂ ਉਹ ਉਹ ਚਾਵਲ ਤਾਂ ਮੈਨੂੰ ਜਿਆਦਾ ਨਹੀਂ ਸੀ ਰਹੇ ਭਗਵਾਨ ਨੇ ਆਪ ਹੀ ਮੇਰੇ ਭੱਲਿਓਂ ਖੋਲ ਕੇ ਖਾ ਲੇ ਤੇ ਉਸ ਵੇਲੇ ਹੀ ਉਹਨਾਂ ਨੇ ਕੋਈ ਕਿਰਪਾ ਕੀਤੀ ਸੀ ਕਹਿੰਦੇ ਸੀ ਚਾਰੇ ਪਦਾਰਥ ਸੁਦਾਮਾ ਤੈਨੂੰ ਹੁਣ ਪ੍ਰਾਪਤ ਹੋ ਜਾਣਗੇ ਇਹ ਕਹਿ ਕੇ ਸੁਦਾਮਾ ਜੀ ਵੀ ਪ੍ਰਸੰਨ ਹੋ ਗਏ ਤੇ ਉਸ ਦੀ istri ਦੀ ਖੁਸ਼ੀ ਦਾ ਤਾਂ ਪਾਰਾ ਵਾਰ ਹੀ ਕੋਈ ਨਹੀਂ ਸੀ ਦਿਸਦਾ ਗੁਰੂ ਖਾਲਸਾ ਜੀ ਇਸੀ ਭਗਤ ਸੁਦਾਮਾ ਜੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਸਾਕੀ ਭੁੱਲਾ ਨ ਚਿਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ